ਨਸ਼ਾ ਵੇਚਣ ਦੀ ਆੜ ਚ ਕੈਮਿਸਟ ਦੁਕਾਨਦਾਰਾਂ ਨੂੰ ਕਥਿਤ ਤੌਰ ਤੇ ਤੰਗ ਕੀਤੇ ਜਾਣ ਤੋਂ ਪਰੇਸ਼ਾਨ ਕੈਮਿਸਟ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਅਤੇ ਦੁਕਾਨਦਾਰਾਂ ਨੇ ਦੂਜੀ ਸਹਿਯੋਗੀ ਜਥੇਬੰਦੀਆਂ ਦੇ ਨਾਲ ਮਿਲ ਕੇ ਪੰਜਾਬ ਭਰ ਚ ਕੈਂਡਲ ਮਾਰਚ ਕੱਢਿਆ। ਦਰਸਤ ਪੰਜਾਬ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਮੁਹਿੰਮ ਛੇੜੀ ਹੋਈ ਹੈ, ਉਹਦੇ ਵਿੱਚ ਕੈਮਿਸਟਾਂ ਦਾ ਕੀ ਰੋਲ ਹੈ, ਸਾਡੇ ਕੈਮਿਸਟਾਂ ਨੂੰ ਅਵੇਅਰ ਕਰਨ ਵਾਸਤੇ ਉਹਦੀ ਆੜ ਦੇ ਵਿੱਚ ਜਿਹੜੇ ਸਾਡੇ ਕੈਮਿਸਟਾਂ ਦੇ ਨਜਾਇਜ਼ ਪਰਚੇ ਹੋ ਰਹੇ ਨੇ, ਔਨਲਾਈਨ ਜਿਹੜੀ ਫਾਰਮੈਸੀ ਆ ਸੀ ਉਹਨੂੰ ਬੰਦ ਕਰਨ ਦੀ ਮੰਗ ਕਰੀ ਹੈ, ਕਿਉਂਕਿ ਜਿਹੜਾ ਕੈਮਿਸਟ ਹੈ ਉਹ ਦਵਾਈਆਂ ਵੇਚਦਾ, ਨਸ਼ਾ ਨਹੀਂ। ਦੇਖੋ ਜਿਹੜੀ ਕੋਈ ਵੀ ਦਵਾਈ ਬਣਦੀ ਹੈ ਉਹ ਦਵਾਈ ਬਕਾਇਦਾ ਉਹਦਾ ਮੈਨੂਫੈਕਚਰਿੰਗ ਲਾਇਸੈਂਸ ਹੁੰਦਾ, ਉਹਦੀ ਸੇਲ ਦੀ ਪਰਮਿਸ਼ਨ ਪੰਜਾਬ ਸਰਕਾਰ ਦਿੰਦੀ ਹੈ। ਬਾਕੀ ਅਸੀਂ ਸਰਕਾਰ ਤੋਂ ਇਹ ਮੰਗ ਕਰੀ ਹੈ ਵੀ ਜੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਦਵਾਈਆਂ ਨਸ਼ੇ ਦੀਆਂ ਵੇਚਦੇ ਨੇ ਤਾਂ ਚਾਹੇ ਪਹਿਲਾਂ 5-6 ਦਵਾਈਆਂ ਬੰਦ ਕਰਕੇ ਨੇ, ਹੋਰ ਚਾਹੇ 10 ਦਵਾਈਆਂ ਬੰਦ ਕਰ ਦਿਉ, ਉਹਨਾਂ ਦੀ ਜਿਹੜੀ ਸਪਲਾਈ ਹੈ ਆਮ ਦੁਕਾਨਦਾਰਾਂ ਤੋਂ ਬੰਦ ਕਰ ਦਿਉ, ਚਾਹੇ ਉਹ ਸਪਲਾਈ ਹੌਸਪੀਟਲ 'ਚ ਕਰ ਦਿਉ, ਗੌਰਮੈਂਟ ਜਿਹੜੇ ਇੰਸਟੀਚਿਊਟ ਨੇ ਉਹਨਾਂ ਤੋਂ ਕਰ ਦਿਉ, ਪਰ ਜਿਹੜਾ ਸਾਡਾ ਕੈਮਿਸਟ ਹੈ ਉਹ ਹਰਾਸ ਨਾ ਹੋਵੇ, ਉਹਨੂੰ ਆਪਦਾ ਜਿਹੜਾ ਧੰਦਾ ਆਪਦਾ ਉਹ ਬੜੇ ਆਰਾਮ ਨਾਲ ਬੇਫਿਕਰ ਹੋ ਕੇ ਜਿਹੜਾ ਉਹ ਧੰਦਾ ਉਹ ਜਿਹੜਾ ਹੈ ਦਵਾਈਆਂ ਦਾ ਕਰ ਸਕੇ। ਅਸੀਂ ਪਬਲਿਕ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਵਾਸਤੇ ਉਹ ਜਿਹੜੇ ਭਰਾ ਸਾਡੇ ਨਸ਼ਾ ਖਾਂਦੇ ਨੇ ਜਾਂ ਮਰ ਰਹੇ ਨੇ ਉਹ ਵੀ ਸਾਡੇ ਭਰਾ ਨੇ, ਕਿਉਂਕਿ ਅਸੀਂ ਵੀ ਜਿਹੜੀ ਕੈਮਿਸਟ ਐਸੋਸੀਏਸ਼ਨ ਹੈ ਜੋ ਕੈਮਿਸਟ ਹੈ ਅਸੀਂ ਵੀ ਉਸ ਸੋਸਾਇਟੀ ਦਾ ਅੰਗ ਹਾਂ। ਅਸੀਂ ਨਹੀਂ ਚਾਹੁੰਦੇ, ਅਸੀਂ ਸਰਕਾਰ ਦਾ ਇਸ ਗੱਲ 'ਤੇ ਇਸੇ ਕਰਕੇ ਕੈਂਡਲ ਮਾਰਚ ਕਰਿਆ ਵੀ ਅਸੀਂ ਵੀ ਸੋਸਾਇਟੀ ਦਾ ਅੰਗ ਹਾਂ, ਅਸੀਂ ਸਰਕਾਰ ਦੇ ਨਾਲ ਹਾਂ, ਪਰ ਸਾਡੇ ਕੈਮਿਸਟਾਂ ਨੂੰ ਨਜਾਇਜ਼ ਪਰੇਸ਼ਾਨ ਨਾ ਕਰਿਆ ਜਾਵੇ, ਉਹਨਾਂ ਦਵਾਈਆਂ 'ਤੇ ਤੁਰੰਤ ਪਾਬੰਦੀ ਲਵਾਈ ਜਾਵੇ ਜਿਨ੍ਹਾਂ ਨੂੰ ਸਰਕਾਰ ਗਲਤ ਸਮਝਦੀ। ਸੰਗਰੂਰ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।